साथ सिमरो गोविंद सास सास सिमरो गोविंद Oh.
ਤੇਗ ਬਹਾਦਰ ਸਿਮਰਿਐ ਕਰ ਨੌਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਗੁਰੂ ਸਾਹਿਬ ਜੀ ਹਰ ਸਮੇਂ ਆਪਣੇ ਸੇਵਕਾਂ ਦੇ ਅੰਗ ਸੰਗ ਹੋ ਕੇ ਉਸ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ, ਜਿਵੇਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਡੁੱਬਦਾ ਬੇੜਾ ਪਾਰ ਲਾਇਆ ਸੀ। ਉਸੇ ਵਿਸ਼ੇ ਨੂੰ ਗੁਰਸੀਰਤ ਕੌਰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸੀਰਤ ਕੌਰ, ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ, ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਕਵਿਤਾ ਦਾ ਸਿਰਲੇਖ ਹੈ ਗੁਰਲਾ ਦੋਰੇ। ਅੱਸੂ ਦਾ ਮਹੀਨਾ ਹੈ ਤੇ ਵੇਲਾ ਹੈ ਸਵੇਰ ਦਾ, ਸਾਰਾ ਢਾਣਾ ਸਾਧੂਆਂ ਦਾ ਮਾਲਾ ਪਿਆ ਫੇਰਦਾ। ਇੱਕ ਦਿਨ ਪਿੰਡ ਵਿੱਚ ਰੌਲਾ ਜਿਹਾ ਪੈ ਗਿਆ, ਇੱਕ ਦਿਨ ਪਿੰਡ ਵਿੱਚ ਰੌਲਾ ਜਿਹਾ ਪੈ ਗਿਆ, ਹਰ ਇੱਕ ਬੰਦਾ ਹੱਕਾ ਬੱਕਾ ਜਿਹਾ ਰਹਿ ਗਿਆ, ਹਰ ਇੱਕ ਬੰਦਾ ਹੱਕਾ ਬੱਕਾ ਜਿਹਾ ਰਹਿ ਗਿਆ। ਟੌਰੀ ਜਿਹਾ ਬੰਦਾ ਇੱਕ ਪਿੰਡ ਵਿੱਚ ਹੈ, ਟੌਰੀ ਜਿਹਾ ਬੰਦਾ ਇੱਕ ਪਿੰਡ ਵਿੱਚ ਹੈ, ਵੱਡਾ ਸਾਰਾ ਢਾਣਾ ਨਾਲੇ ਆਪਣੇ ਲਿਆ, ਵੱਡਾ ਸਾਰਾ ਢਾਣਾ ਨਾਲੇ ਆਪਣੇ ਲਿਆ। ਵੱਖਰਾ ਹੀ ਲੱਗਦਾ ਟੌਰੀ ਉਹਦੀ ਪੱਗ ਦਾ, ਵੱਖਰਾ ਹੀ ਲੱਗਦਾ ਟੌਰੀ ਉਹਦੀ ਪੱਗ ਦਾ, ਹੱਥ ਫੜੇ ਝੋਲੇ ਤੋਂ ਵਪਾਰੀ ਜਿਹਾ ਲੱਗਦਾ, ਹੱਥ ਫੜੇ ਝੋਲੇ ਤੋਂ ਵਪਾਰੀ ਜਿਹਾ ਲੱਗਦਾ। ਦੇਖ ਧੂੜ ਹੋਇਆ ਕਿੱਦਾਂ ਸਾਧਾ ਨਾਲ ਵਿਹੜਾ ਹੈ, ਦੇਖ ਧੂੜ ਹੋਇਆ ਕਿੱਦਾਂ ਸਾਧਾ ਨਾਲ ਵਿਹੜਾ ਹੈ, ਕਿੱਦਾਂ ਲੱਭਾ ਇਹਨਾਂ ਵਿੱਚੋਂ ਨਵਾਂ ਗੁਰੂ ਕਿਹੜਾ ਹੈ, ਕਿੱਦਾਂ ਲੱਭਾ ਇਹਨਾਂ ਵਿੱਚੋਂ ਨਵਾਂ ਗੁਰੂ ਕਿਹੜਾ ਹੈ। ਫਿਰ ਏਦਾਂ ਸੋਚਦਾ ਵੀ ਭੁਲੇਖਾ ਵੀ ਨਾ ਰਹੂਗਾ, ਫਿਰ ਏਦਾਂ ਸੋਚਦਾ ਵੀ ਭੁਲੇਖਾ ਵੀ ਨਾ ਰਹੂਗਾ, ਸੁਖਣਾ ਦੀ ਭੇਟਾ ਆਪੇ ਗੁਰੂ ਮੰਗ ਲਊਗਾ, ਸੁਖਣਾ ਦੀ ਭੇਟਾ ਆਪੇ ਗੁਰੂ ਮੰਗ ਲਊਗਾ। ਪੰਜ ਪੰਜ ਮੋਹਰਾਂ ਹਰ ਸਾਧ ਨੂੰ ਚੜਾਉਂਦਾ ਹੈ, ਪੰਜ ਪੰਜ ਮੋਹਰਾਂ ਹਰ ਸਾਧ ਨੂੰ ਚੜਾਉਂਦਾ ਹੈ, ਵੇਖੋ ਕਿਵੇਂ ਗੁਰੂ ਤਾਂ ਹੀ ਸਿੱਖੀ ਅਜਮਾਉਂਦਾ ਹੈ, ਵੇਖੋ ਕਿਵੇਂ ਗੁਰੂ ਤਾਂ ਹੀ ਸਿੱਖੀ ਅਜਮਾਉਂਦਾ ਹੈ। ਵਾਰੀ ਵਾਰੀ ਸਾਧੂਆਂ ਦਾ ਭੋਗ ਜਦੋਂ ਪੈ ਗਿਆ, ਵਾਰੀ ਵਾਰੀ ਸਾਧੂਆਂ ਦਾ ਭੋਗ ਜਦੋਂ ਪੈ ਗਿਆ, ਪੁੱਛਦਾ ਹੈ ਸਾਧ ਕੋਈ ਹੋਰ ਤੇ ਨਹੀਂ ਰਹਿ ਗਿਆ, ਪੁੱਛਦਾ ਹੈ ਸਾਧ ਕੋਈ ਹੋਰ ਤੇ ਨਹੀਂ ਰਹਿ ਗਿਆ। ਲਾਗੋ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ, ਭਾਉ ਉਸ ਭੋਰੇ ਵਿੱਚ ਇੱਕ ਹੋਰ ਵੀ ਹੈ ਵੱਸਦਾ। 26 ਸਾਲ ਹੋਏ ਆ ਸਮਾਧੀ ਉਸ ਲਾਈ ਹੈ, 26 ਸਾਲ ਹੋਏ ਆ ਸਮਾਧੀ ਉਸ ਲਾਈ ਹੈ, ਕਹਿੰਦੇ ਰੱਬੀ ਰੂਪੀ ਉਹਦਾ ਮੁੱਖੜਾ ਏ ਲਾਈ ਹੈ, ਕਹਿੰਦੇ ਰੱਬੀ ਰੂਪੀ ਉਹਦਾ ਮੁੱਖੜਾ ਏ ਲਾਈ ਹੈ। ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ, ਮੂਸਾ ਤਾਂ ਹੀ ਲੱਭੇ ਜੇ ਵੀ ਨੂਰ ਕੋਹੀ ਨੂਰ ਦਾ, ਘਰ ਘਰ ਦੀਦ ਨਾਲ ਇਠਾਰ ਦਾ ਸੀ ਅੱਖੀਆਂ, ਬੋਲੇ ਗੁਰੂ ਦੇਵ ਬੱਲੇ ਸ਼ਾਹ ਚੰਦ ਮੱਖਣਾ, ਕਿੰਨੀ ਦੇਰ ਹੋਰ ਤੂੰ ਉਧਾਰ ਸਾਡਾ ਰੱਖਣਾ। ਡੁੱਬਦਾ ਸੀ ਬਿੜਾ ਤੂੰ ਪਾਈ ਹਾਲ ਪਾਰਿਆ, ਡੁੱਬਦਾ ਸੀ ਬਿੜਾ ਤੂੰ ਪਾਈ ਹਾਲ ਪਾਰਿਆ, ਚੰਨਾ ਤੇਰਾ ਦੁੱਖ ਸਾਥ ਹੋ ਗਿਆ ਨਾ ਸਹਾਰਿਆ, ਚੰਨਾ ਤੇਰਾ ਦੁੱਖ ਸਾਥ ਹੋ ਗਿਆ ਨਾ ਸਹਾਰਿਆ। ਵੇਖਾ ਦਾ ਇਤਬਾਰ ਤੇਰਾ ਕਿੱਦਾਂ ਦੀ ਜ਼ੁਬਾਨ ਹੈ, ਵੇਖਾ ਦਾ ਇਤਬਾਰ ਤੇਰਾ ਕਿੱਦਾਂ ਦੀ ਜ਼ੁਬਾਨ ਹੈ, ਮੋਢੇ ਉੱਤੇ ਹਾਲੇ ਵੀ ਕਿੱਲਾਂ ਦੇ ਨਿਸ਼ਾਨ ਹੈ, ਮੋਢੇ ਉੱਤੇ ਹਾਲੇ ਵੀ ਕਿੱਲਾਂ ਦੇ ਨਿਸ਼ਾਨ ਹੈ। ਸੁਣ ਸੁਣ ਸ਼ਾਹ ਦੀਆਂ ਵਸ ਪਈਆਂ ਅੱਖੀਆਂ, ਸੁਣ ਸੁਣ ਸ਼ਾਹ ਦੀਆਂ ਵਸ ਪਈਆਂ ਅੱਖੀਆਂ, ਬੋਲ ਪਈਆਂ ਸਦਰਾਂ ਜੋ ਦਿਲ ਵਿੱਚ ਰੱਖੀਆਂ, ਬੋਲ ਪਈਆਂ ਸਦਰਾਂ ਜੋ ਦਿਲ ਵਿੱਚ ਰੱਖੀਆਂ। ਮਿੱਟ ਗਈ ਤੁੰਦ ਦਿਲ ਨੂਰੋ ਨੂਰ ਹੋ ਗਿਆ, ਮਿੱਟ ਗਈ ਤੁੰਦ ਦਿਲ ਨੂਰੋ ਨੂਰ ਹੋ ਗਿਆ, ਸ਼ਾਲਮਾਰ ਸ਼ਾਹ ਉਹ ਪੋਰੇ ਤੇ ਖਲੋ ਗਿਆ, ਸ਼ਾਲਮਾਰ ਸ਼ਾਹ ਉਹ ਪੋਰੇ ਤੇ ਖਲੋ ਗਿਆ, ਪੋਰੇ ਤੇ ਖਲੋ ਉਸ ਨਾਰਾ ਇੱਕ ਮਾਰਿਆ, ਸੱਚਾ ਗੁਰੂ ਲਾਦੋ ਗੁਰੂ ਲਾਦੋ ਰੇ ਪੁਕਾਰਿਆ, ਸੱਚਾ ਗੁਰੂ ਲਾਦੋ ਗੁਰੂ ਲਾਦੋ ਰੇ ਪੁਕਾਰਿਆ। ਪਿੰਡ ਚ ਪਖੰਡ ਵਾਲਾ ਨੇਰਾ ਦੂਰ ਹੋ ਗਿਆ, ਪਿੰਡ ਚ ਪਖੰਡ ਵਾਲਾ ਨੇਰਾ ਦੂਰ ਹੋ ਗਿਆ, ਚੜ ਪਿਆ ਚੰਨ ਜਗ ਨੂਰੋ ਨੂਰ ਹੋ ਗਿਆ, ਚੜ ਪਿਆ ਚੰਨ ਜਗ ਨੂਰੋ ਨੂਰ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣੇ ਸ਼ਬਦਾਂ ਦੇ ਰੂਪ ਵਿੱਚ ਗੁਰਸੀਰਤ ਨੇ ਕਵਿਤਾ ਪੇਸ਼ ਕੀਤੀ, ਜਿਸ ਦਾ ਵਿਸ਼ਾ ਸੀ ਕਿ ਕਿਵੇਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਲੱਭਿਆ। ਸੋ ਹੁਣ ਜੈਸਮੀਨ ਕੌਰ ਤੁਹਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਨੂੰ ਬਿਆਨ ਕਰਦੇ ਹੋਏ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੈਸਮੀਨ ਕੌਰ, ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਾਂ। ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ। ਰੱਬ ਦੇ ਪੁਜਾਰੀਓ, ਸਪੋਲੀਆਂ ਦੀ ਪੂਜਾ ਕਰੋ, ਇਹਦੇ ਨਾਲੋਂ ਚੰਗਾ ਦੀਵਾ ਬਾਲੋ ਸ਼ਮਸ਼ਾਨ ਤੇ। ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ,
ਵਟਾ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ। ਖਾਲਸੇ ਦਾ ਇੱਕੋ ਇੱਕ ਹਾਜ਼ਰਾ ਹਜ਼ੂਰ ਗੁਰੂ, ਜਿਸ ਦੀ ਇਹ ਮਹਿਮਾ ਤਿੰਨ ਲੋਕਾਂ ਦੀ ਜ਼ੁਬਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ, ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ। ਗੁਰੂ ਬਿਨਾਂ ਗਤ ਨਹੀਂ, ਜੇ ਲੱਜ ਨਹੀਂ, ਜੇ ਪਤ ਨਹੀਂ, ਜੇ ਜ਼ਿੰਦਗੀ ਦਾ ਤੱਤ ਨਹੀਂ, ਤੇ ਸਤ ਜਾਣੋ ਪਿਆਰਿਓ। ਪੀੜਤਾਂ ਦੀ ਪੀੜ ਹਰੇ ਤਲੀ ਉੱਤੇ ਸੀਸ ਧਰੇ, ਸੇਵਕਾਂ ਲਈ ਜੂਝ ਮਰੇ, ਐਸਾ ਗੁਰੂ ਧਾਰਿਓ, ਐਸਾ ਗੁਰੂ ਧਾਰਿਓ। ਗੁਰੂ ਜਿਹੜਾ ਨੂਰ ਦੇਵੇ ਜਿੰਦ ਨੂੰ ਸਰੂਰ ਦੇਵੇ, ਗੁਰੂ ਜਿਹੜਾ ਨੂਰ ਦੇਵੇ ਜਿੰਦ ਨੂੰ ਸਰੂਰ ਦੇਵੇ, ਖਿੰਗਰਾਂ ਨੂੰ ਬੂਰ ਦੇਵੇ, ਉਹਨੂੰ ਨਾ ਵਿਸਾਰਿਓ, ਉਹਨੂੰ ਨਾ ਵਿਸਾਰਿਓ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ, ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ, ਗੁਰੂ ਗ੍ਰੰਥ ਜਾ ਗੁਰੂ ਕਿਹੜਾ ਹੈ ਜਹਾਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕਸ ਜੈਸਮੀਨ, ਤੁਸੀਂ ਸਾਨੂੰ ਸਾਰਿਆਂ ਨੂੰ ਹੀ ਦੱਸ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮਹਾਨ ਹਨ, ਅਤੇ ਸਿਰਫ ਤੇ ਸਿਰਫ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਝੁਕਣਾ ਚਾਹੀਦਾ ਹੈ। ਹੁਣ ਸੁਖਮਨਪ੍ਰੀਤ ਸਿੰਘ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੇ ਨੇ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੱਸਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸੱਜ ਬੈਠੀ ਗੁਰੂ ਪਿਆਰੀ ਸਾਧ ਸਿੰਘ ਜੀਓ, ਆਓ ਰਸਨਾ ਨੂੰ ਪਵਿੱਤਰ ਕਰੀਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਮਨਪ੍ਰੀਤ ਸਿੰਘ, 9th ਕਲਾਸ ਦਾ ਵਿਦਿਆਰਥੀ, ਇਹ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਸੰਬੰਧ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਰੱਖਦਾ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ, ਤਾਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ, ਤਾਂ ਉਹਨਾਂ ਨੂੰ ਕਹਿੰਦੇ ਪਾਤਸ਼ਾਹ ਬਹੁਤ ਪੂਜਾ ਪਾਠ ਕਰਕੇ ਦੇਖ ਲਏ ਨੇ, ਵੱਡੇ ਤੋਂ ਵੱਡਾ ਜਾ ਕਰਕੇ ਵੇਖ ਲਿਆ ਪਰ ਮੁਗਲ ਬਾਦਸ਼ਾਹ ਦੇ ਦਿਮਾਗ 'ਤੇ ਕੋਈ ਫਰਕ ਨਹੀਂ ਪੈ ਰਿਹਾ, ਉਹ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ। ਤਾਂ ਪਾਸ ਖੜੇ ਗੋਬਿੰਦ ਰਾਏ ਬੋਲੇ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਹੁਰਦਾਨੀ ਕੌਣ ਹੋ ਸਕਦਾ ਹੈ। ਤਾਂ ਬਾਲ ਗੋਬਿੰਦ ਰਾਏ ਦੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਨੂੰ ਚੱਲ ਪਏ ਨੇ। ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਮਹਿਲਾਂ ਵਿੱਚ ਪਹੁੰਚੇ ਨੇ, ਤਾਂ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ, ਬਹੁਤ ਸਾਰੇ ਜ਼ੁਲਮ ਕੀਤੇ ਗਏ ਗੁਰੂ ਤੇਗ ਬਹਾਦਰ ਜੀ 'ਤੇ ਕਿ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਓ ਜਾਂ ਕੋਈ ਕਰਾਮਾਤ ਵਿਖਾਓ। ਤਾਂ ਗੁਰੂ ਜੀ ਨੇ ਸ਼ਹੀਦੀ ਨੂੰ ਪਾਉਣਾ ਹੀ ਸਮਝਿਆ। ਤਾਂ ਉਹਨਾਂ ਦੇ ਜੇ ਸਾਹਮਣੇ ਉਹਨਾਂ ਦੇ ਤਿੰਨ ਸਿੰਘ ਸ਼ਹੀਦ ਕੀਤੇ ਗਏ, ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ ਗਿਆ। ਗੁਰੂ ਜੀ ਤਦ ਵੀ ਨਾ ਡੋਲੇ, ਤਾਂ ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਉਸ ਸਮੇਂ ਦੇ ਹਾਲਾਤਾਂ ਨੂੰ ਮੈਂ ਕਵਿਤਾ ਦੇ ਰਾਹੀਂ ਪੇਸ਼ ਕਰਨ ਜਾ ਰਿਹਾ ਹਾਂ। ਪੰਡਿਤ ਗੁਰਾਂ ਕੋਲ ਆਏ ਹੈ ਕਸ਼ਮੀਰੀ ਕਈ ਖਾਸ, ਹੱਥ ਜੋੜ ਕੇ ਉਹ ਕਹਿੰਦੇ ਸਾਡੀ ਸੁਣੋ ਅਰਦਾਸ। ਪੰਡਿਤ ਗੁਰਾਂ ਕੋਲ ਆਏ ਹੈ ਕਸ਼ਮੀਰੀ ਕਈ ਖਾਸ, ਹੱਥ ਜੋੜ ਕੇ ਉਹ ਕਹਿੰਦੇ ਸਾਡੀ ਸੁਣੋ ਅਰਦਾਸ। ਔਰੰਗੇ ਨੇ ਹੈ ਕਹਿਰ ਕਮਾਈ, ਸੀਸ ਦੇ ਕੇ ਗੁਰੂ ਜੀ ਨੇ ਜਾਣ ਹਿੰਦ ਦੀ ਹਿੰਦ ਵਿੱਚ ਪਾਈ, ਸੀਸ ਦੇ ਕੇ ਗੁਰੂ ਜੀ ਨੇ ਹੋ ਰਾਜਾ ਦਿੱਲੀ ਵਾਲਾ ਦੇਖੋ ਕਿਵੇਂ ਹੋਇਆ ਬੇਈਮਾਨ, ਕਹਿੰਦਾ ਛੱਡੋ ਏ ਜਿਹਨੇ ਉਹ ਬਣ ਜਾਓ ਮੁਸਲਮਾਨ, ਜਾਂਦਾ ਮੌਤ ਵਾਲੀ ਨੀਂਦ ਉਹ ਸੁਵਾਈ, ਸੀਸ ਦੇ ਕਹੇ ਗੁਰੂ ਜੀ ਨੇ ਜਾਣ ਹਿੰਦ ਦੀ ਹਿੰਦ ਵਿੱਚ ਪਾਈ, ਸੀਸ ਦੇ ਕਹੇ ਗੁਰੂ ਜੀ ਨੇ ਹੋ
हाल कोई नजर न आवे ना कोई बाह पकड़ावे किते पूजा पाठ बथेरे पर कोई कम न आवे कोई वड्डा ते वडेरा अपनी जाने गवावे बाल गुरु बोले तो थों वड्डा कौन वडेरा गल सुन गुरु जांदे मुस्कुराई ही सीस दे कहे गुरु जी ने जान हिंद दी हिंद विच पाई ही सीस दे कहे गुरु जी ने हो नाल गुरां दे सी तिन सच्चे आशिक सी आए वारी वारी कर जालम ने सी कहर कमाए सती दास रू नाल मती आरे नाल चढ़ाए दयाला सिंह देग च उबाले जांदा खाई ही सीस दे कहे गुरु जी ने जान हिंद दी हिंद विच पाई ही सीस दे कहे गुरु जी ने हो आखे गुरानू वो रंगा हां तुसी मुसलमान बन जाओ जां साडे आखे कोई ही को तक वरताओ ना इन तेरी मंदनी ना को तक वरताउना पाना मन दे रहे आपना मन के वखाउना गुरां शहीदी वाली रस्म नभाई ही सीस दे कहे गुरु जी ने जान हिंद दी हिंद विच पाई ही सीस दे कहे गुरु जी ने हो वाहिगुरु जी का खालसा श्री वाहिगुरु जी की फतेह। सुखमनप्रीत सिंह ने इस कविता राही जो कुछ भी पेश कीता है सचमुच ही साडियां मनोबिरतियां उस समय हुई शहादत वल पहुंचा दित्तियां भाव साडियां अखां सामने ओ पूरा दृश्य लिया दिता कि कीवें गुरु साहिब जी ने उस समय दी पुकार सुन के अपना बलिदान दिता। अपने पिता गुरु तेग बहादुर साहब जी तो बाद गुरु गोबिंद सिंह जी ने अपना बाकी दा परिवार भी धर्म दे खातर वार दिता सो उसे नू सुमेर सिंह अते साथी तुहाडे सामने कुशरी दे रूप विच पेश करन जा रहे ने। वाहेगुरु जी का खालसा वाहेगुरु जी की फतेह। असीं गुरु तेग बहादुर इंटरनेशनल स्कूल दे 7वीं जमात दे विद्यार्थी तुहाडे सामने तां तां साहिब श्री गुरु गोबिंद सिंह जी दे जीवन बारे इहो बयान कर रहे हां जी। मां गुजरी कर महावाली ए जिस मर्द सूर मां जड़िया है नेकी दी खातर लड़दा रिया माड़े ਵੱਜਦੀ ਚੋਟ ਨਗਾਰੇ ਤੇ
ਜਾਂਦੀਆਂ ਦਿਲੀਓ ਵੀ ਜਾਵਰ ਚੜਦੇ ਰਹੇ ਜਿੱਦਾਂ ਦੇ ਵਾਦੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ ਮਨੁੱਖ ਦੀ ਜੀਵਨ ਸ਼ਕਤੀ ਲਈ ਲੱਖਾਂ ਨਾਲ ਇੱਕ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਲਈ ਪੁੱਤਰਾਂ ਦਾ ਨੇਂਦਾ ਪਾ ਦਿੱਤਾ ਪਰ ਵੇਖਿਆ ਡੇਗਾ ਜੀ ਤੱਪਿਆ ਲਾਇੰਗਲ ਤੋਂ ਜੁਝਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਛੇਜਾਂ ਸੌਂਦਾ ਰਿਹਾ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਬਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਪੱਥਰਾਂ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਂ ਮਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ ਪੁੱਤਰਾਂ ਦੀ ਰਹੀ ਨਾ ਕਸਰ ਕੋਈ ਹੋ ਜਾ ਮਾਲੀ ਰੋ ਲੀਰ ਗਿਆ ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਈਓ ਬਣ ਉੱਚਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲਖਾਈ ਦੁੱਖ ਸਹਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ ਹੁਣ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਜੜ ਪੁੱਟੀ ਜਾਉ ਅਸ ਇਹੀ ਬਚਨ ਉਚਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਤਰਫ ਤੋਂ ਵਾਰ ਗਿਆ God is one, but he has innumerable forms. He is creator of all and he himself takes a human form. ਪਰਮਾਤਮਾ ਇੱਕ ਹੈ ਪਰ ਉਸਦੇ ਰੂਪ ਅਨੇਕ ਹਨ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ ਸਾਡੇ ਰੋਮ ਰੋਮ ਵਿੱਚ ਵਸਦਾ ਹੈ So now to praise admirable God Amitoj and group are going to worship God through their kirtan. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਆਪ ਜੀ ਦੇ ਸਨਮੁਖ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਹ ਸਾਹ ਸਮਾਲੇ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਜੀ ਇਹ ਸ਼ਬਦ 79 ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 679 ਤੇ ਸੁਭਾਇਮਾਨ ਹੈ ਆਓ ਅਸੀਂ ਸਾਰੇ ਰਲ ਮਿਲ ਕੇ ਪਿਆਰ ਨਾਲ ਇਹ ਸ਼ਬਦ ਸਰਵਣ ਕਰੀਏ ਜੀ ਸਿਮਰੋ ਸਿਮਰ ਸੁਖ ਪਾਵੋ
ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਅਨੇਕ ਮਾਣ ਰਹੀ ਹੈ ਸਤਸੰਗੀ ਜਨੋ ਸਤਿਗੁਰਾਂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਜੋ 15ਵੀਂ ਸਥਾਪਨਾ ਦਿਵਸ ਉੱਤੇ ਚੱਲ ਰਹੇ ਵਿਸ਼ੇਸ਼ ਸਮਾਰੋਹ ਤੇਗ ਬਹਾਦਰ ਸਿਮਰੀਏ ਵਿੱਚ ਦੂਰੋਂ ਨੇੜਿਓਂ ਚੱਲ ਕੇ ਪਹੁੰਚੀਆਂ ਸੰਗਤਾਂ ਦਾ ਸਕੂਲ ਦੇ ਪ੍ਰਿੰਸੀਪਲ ਮੈਮ ਮੈਨੇਜਮੈਂਟ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸੰਸਾਰ ਭਰ ਦੇ ਪ੍ਰਾਣੀਆਂ ਦੀ ਅਗਵਾਈ ਕਰਕੇ ਉਹਨਾਂ ਦੇ ਹਾਲਤ ਪਲਤ ਨੂੰ ਸਵਾਰਦੀ ਹੈ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਲੁਕਾਈ ਦੇ ਪਾਰ ਉਤਾਰੇ ਲਈ ਸੰਸਾਰ ਉੱਤੇ ਭੇਜਿਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹਨਾਂ ਦੇ ਅਗਲੇ ਉੱਤਰਾਧਿਕਾਰੀਆਂ ਨੇ ਉਹਨਾਂ ਵੱਲੋਂ ਸਥਾਪਿਤ ਸਿਧਾਂਤਾਂ ਦਾ ਦੇਸ਼ ਦੇਸਾਂਤਰਾਂ ਵਿੱਚ ਪ੍ਰਚਾਰ ਕੀਤਾ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੇ ਵਾਰਿਸ ਬਣੇ ਅਤੇ ਸਿੱਖੀ ਦੇ ਵਾਧੇ ਅਤੇ ਵਿਕਾਸ ਲਈ ਕਾਰਜ ਕੀਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਸਨ ਬਚਪਨ ਤੋਂ ਹੀ ਆਪ ਧਾਰਮਿਕ ਰੁਚੀਆਂ ਪ੍ਰਬਲ ਸਨ ਇਹਨਾਂ ਦਾ ਪਹਿਲਾ ਨਾਂ ਤੇਗਮਲ ਜੀ ਸੀ ਅਤੇ ਕਰਤਾਰਪੁਰ ਦੀ ਜੰਗ ਵਿੱਚ ਜੋਹਰ ਦਿਖਾਉਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਗ ਬਹਾਦਰ ਕਹਿ ਕੇ ਸਨਮਾਨਿਆ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਗੁਰੂ ਨਾਨਕ ਦੇਵ ਜੀ ਤਰ੍ਹਾਂ ਦੂਰ ਦੂਰ ਤੱਕ ਦੇਸ਼ ਦੇਸਾਂਤਰਾਂ ਦੀਆਂ ਯਾਤਰਾਵਾਂ ਕੀਤੀਆਂ ਆਪ ਜੀ ਦੀਆਂ ਸਿੱਖਿਆਵਾਂ ਗੁਰਬਾਣੀ ਵਿੱਚ ਸ਼ਾਮਿਲ ਹਨ ਆਪ ਜੀ ਦੇ 59 ਸ਼ਬਦ ਅਤੇ 57 ਸਲੋਕ ਹਨ ਜਿਨ੍ਹਾਂ ਵਿੱਚ ਸਿੱਖੀ ਸਿਧਾਂਤਾਂ ਦਾ ਵਰਣਨ ਮਿਲਦਾ ਹੈ ਆਪ ਜੀ ਦੀ ਗੁਰਬਾਣੀ ਵਿੱਚੋਂ ਪੈਦਾ ਹੁੰਦੇ ਮੌਲਿਕ ਸੰਕਲਪਾਂ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਸਭ ਤੋਂ ਵੱਧ ਜ਼ੋਰ ਪ੍ਰਭੂ ਪ੍ਰੇਮ ਅਤੇ ਬੰਦਗੀ ਕਰਨ ਉੱਤੇ ਦਿੱਤਾ ਹੈ ਉਹਨਾਂ ਅਨੁਸਾਰ ਮਨੁੱਖ ਦਾ ਜਨਮ ਹੀ ਪਰਮਾਤਮਾ ਨੂੰ ਮਿਲਣ ਲਈ ਹੋਇਆ ਹੈ ਜੇਕਰ ਉਸਦੀ ਬੰਦਗੀ ਨੂੰ ਮਨੁੱਖ ਨੇ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ
ਤਾਂ ਉਸ ਦੀ ਜ਼ਿੰਦਗੀ ਸੰਸਾਰਿਕ ਕੰਮਾਂ ਵਿੱਚ ਉਲਝ ਕੇ ਆਪਣੇ ਅਸਲੇ ਤੋਂ ਦੂਰ ਹੋ ਜਾਂਦੀ ਹੈ। ਉਹਨਾਂ ਨੇ ਮੱਛਲੀ ਦੀ ਉਦਾਹਰਣ ਦਿੰਦਿਆਂ ਦੱਸਿਆ ਹੈ ਕਿ ਜਿਵੇਂ ਮੱਛਲੀ ਦਾ ਜੀਵਨ ਪਾਣੀ ਤੋਂ ਬਿਨਾਂ ਨਹੀਂ, ਉਸੇ ਪ੍ਰਕਾਰ ਮਨੁੱਖ ਦਾ ਜੀਵਨ ਵੀ ਪ੍ਰਭੂ ਪ੍ਰੇਮ ਤੋਂ ਬਿਨਾਂ ਨਿਰਾਰਥ ਹੈ। ਗੁਰਬਾਣੀ ਦਾ ਫਰਮਾਨ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਸਮਗਰ ਬਾਣੀ ਮਨੁੱਖ ਦੀ ਮਨੁੱਖ ਨੂੰ ਤਾਂ ਗੀਤ ਕੀਤੀ ਗਈ ਹੈ, ਇਹ ਦਿਸਦਾ ਪ੍ਰਪੰਚ ਬਿਨਸੰਹਾਰ ਹੈ, ਰਿਸ਼ਤੇ ਨਾਤੇ ਰੀਤਾਂ ਰਿਵਾਜ ਰਸਮਾਂ ਇਹ ਸਭ ਛਿਣ ਧੁੰਦਰ ਹਨ, ਇਹ ਸਭ ਕੁਛ ਮਨੁੱਖ ਦੇ ਨਾਲ ਨਹੀਂ ਜਾਣਾ, ਇਸ ਕਰਕੇ ਮਨੁੱਖ ਨੂੰ ਇਹਨਾਂ ਵਿੱਚ ਰਹਿੰਦਿਆਂ ਇਹਨਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਣ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਮਾਨ। ਗੁਰੂ ਸਾਹਿਬ ਨੇ ਰਾਮ ਅਤੇ ਰਾਵਣ ਦੀ ਉਦਾਹਰਣ ਦੇ ਕੇ ਦੱਸਿਆ ਹੈ ਕਿ ਇਹ ਸੰਸਾਰ 'ਤੇ ਕੋਈ ਵੀ ਜੀਵ ਜੋ ਮਨੁੱਖੀ ਜਾਮਾ ਪਹਿਨ ਕੇ ਆਉਂਦਾ ਹੈ ਉਹ ਸਥਿਰ ਨਹੀਂ ਹੈ, ਸਭ ਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ, ਕੇਵਲ ਆਤਮਾ ਹੀ ਅਮਰ ਹੈ ਅਤੇ ਮਨੁੱਖ ਦੇ ਚੰਗੇ ਕਰਮ ਹੀ ਉਸਦੇ ਨਾਲ ਜਾਣੇ ਹਨ। ਰਾਮ ਗਿਓ ਰਾਵਣ ਗਿਓ ਜਾਖੋ ਬਹੁ ਪਰਿਵਾਰ, ਅਜਿਹੀਆਂ ਉਦਾਹਰਨਾਂ ਦੇਖ ਕੇ ਗੁਰੂ ਸਾਹਿਬ ਨੇ ਸਮਝਾਇਆ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਮਨੁੱਖ ਨੂੰ ਬਾਹਰੀ ਕਰਮਕਾਂਡਾਂ ਤੋਂ ਦੂਰ ਰਹਿਣ ਬਾਰੇ ਵੀ ਸਮਝਾਇਆ ਹੈ। ਉਹਨਾਂ ਅਨੁਸਾਰ ਜੇਕਰ ਬਾਹਰੀ ਕਰਮਾਂ ਵਿੱਚੋਂ ਧਰਮ ਦਾ ਤਾਤਮਿਕ ਅਸਲੀ ਸਰੂਪ ਗਾਇਬ ਹੋ ਜਾਵੇ ਤਾਂ ਇਹ ਸਭ ਫੋਕਟ ਕਰਮ ਬਣ ਜਾਂਦੇ ਹਨ। ਮਨੁੱਖ ਬਾਹਰੀ ਕਰਮਾਂ ਕਾਂਡਾਂ ਨੂੰ ਵੀ ਧਰਮ ਸਮਝਦੀ ਬੈਠਦਾ ਹੈ ਅਤੇ ਇਸ ਹੰਕਾਰ ਵਿੱਚ ਆਪਣਾ ਜੀਵਨ ਵਿਅਰਥ ਗਵਾ ਬੈਠਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਤੀਰਥ ਬਰਤ ਅਰਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨਹਿਫਲ ਜਾਤ ਤਹਿ ਜਿਉਂ ਕੁੰਚਰ ਇਸ਼ਨਾਨ। ਜੇਕਰ ਗੱਲ ਨਿਰਭੈਤਾ ਦੀ ਕਰੀਏ ਤਾਂ ਪ੍ਰਭੂ ਨਾਲ ਪ੍ਰੀਤ ਪਾ ਕੇ ਮਨੁੱਖ ਅੰਦਰ ਰੱਬੀ ਗੁਣ ਪ੍ਰਵੇਸ਼ ਕਰ ਜਾਂਦੇ ਹਨ। ਉਸ ਨੂੰ ਜਨਮ ਮਰਨ ਅਖੌਤੀ ਰਾਜਿਆਂ ਦੀ ਸ਼ਕਤੀ ਤੋਂ ਡਰ ਨਹੀਂ ਲੱਗਦਾ, ਉਹ ਨਿਰਭੈਤਾ ਦਾ ਜੀਵਨ ਗੁਜ਼ਾਰਦਿਆਂ ਨਾ ਹੀ ਕਿਸੇ ਤੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰਬਾਣੀ ਦਾ ਵਾਕ ਹੈ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ। ਸੋ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਸੰਸਾਰ ਵਿੱਚ ਰਹਿੰਦਿਆਂ ਇਹਨਾਂ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਨਾਲ ਪ੍ਰੀਤ ਪਾਉਣ ਦਾ ਸੁਨੇਹਾ ਦਿੰਦੀ ਹੈ। ਉਹਨਾਂ ਅਨੁਸਾਰ ਚੰਗੇ ਕਰਮ ਹੀ ਮਨੁੱਖ ਨੂੰ ਆਵਾਗਾਉਣ ਤੋਂ ਬਚਾਉਂਦੇ ਹਨ, ਰੱਬੀ ਗੁਣਾਂ ਨੂੰ ਜੀਵ ਨੂੰ ਪਾ ਰੱਬੀ ਗੁਣ ਨੂੰ ਜੀਵ ਜੀਵਨ ਵਿੱਚ ਵਿੱਚ ਧਾਰ ਕੇ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਇਸ ਪ੍ਰਕਾਰ ਮਨੁੱਖਾ ਜੀਵਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਇਸ ਜਨਮ ਵਿੱਚ ਪਰਮਾਤਮਾ ਨਾਲ ਜੁੜਨ ਦੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਤਾਕੀਦ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।